जिहड़े निहंग सिंह ने सब तो पहले तो बेलड़ बंदे आ, इन्हां दा कौम नूं जां समाज नूं कोई देण नहीं हैगी। अमर छक के भंग पी रहे ने, शरेआम बकरे बढ़ के खा रहे ने। ਜਿਹੜੇ ਲੋਕ ਉਹ ਸ਼ਿਵਰਾਤਰੀ ਦੇ ਪਕੌੜੇ ਖਾ ਲੈਂਦੇ ਨਾ ਤੇ ਕਮਲੇ ਹੋ ਜਾਂਦੇ ਤੇ ਉਹ ਫਿਰ ਦੇਗ ਦੀ ਨਿੰਦਾ ਕਰਦੇ। ਉਹ ਬਚਨ ਲਿਖਿਆ ਨਾ, ਸ਼ਿਵ ਸੰਭ ਕਹੇ ਸੁਨ ਪਾਰਵਤੀ, ਬਿਜੀਆ ਨਾ ਦਈ ਗਵਾਰਨ ਕੋ। ਸ਼ਿਵ ਜੀ ਮਹਾਰਾਜ ਕਹਿੰਦੇ ਵੀ ਪਾਰਵਤੀ, ਇਹ ਜਿਹੜੀ ਨਾ ਭੰਗ ਹੈ ਨਾ, ਇਹ ਮੂਰਖਾਂ ਨਾ ਦਈ। ਕਹਿੰਦੀ ਮੂਰਖ ਪੀਵੇ ਹਾਸੀ ਕਰੇ, ਹੱਸੀ ਜਾਣਗੇ, ਦੰਦ ਕੱਢੀ ਜਾਣਗੇ। ਉਸੀ ਮੂਰਖ ਪੀਵੇ ਹਾਸੀ ਕਰੇ ਤੇ ਖਾ ਕੇ ਅਨੰਡ ਕਾਰਨ ਕੋ। ਸੱਤ ਸੱਤ ਅੱਠ ਰੋਟੀਆਂ ਖਾ ਕੇ ਬੜੇ ਚੜੇ ਹੋਏ, ਬੜੇ ਪ੍ਰਸ਼ਾਦੇ ਛਕ ਲਏ ਅਸੀਂ, ਬੜੀ ਵੱਡੀ ਕਮਾਈ ਕਰ ਲਈ, ਖਾ ਕੇ ਅਨੰਡ ਕਾਰਨ ਕੋ। ਕਹਿੰਦੇ ਜੋਗੀ ਪੀਵੇ ਨਾਮ ਜਪੇ, ਗੁਰਮੁਖ ਕੋਈ ਨਾਮ ਜਪੇਗਾ ਦੇਖ ਛਕ ਕੇ। ਜੋਗੀ ਪੀਵੇ ਨਾਮ ਜਪੇ, ਸੁਨ ਮੇ ਧਿਆਨ ਟਿਕਾਵਣ ਕੋ। ਉਹ ਅਫਰ ਅਵਸਥਾ ਜਿੱਥੇ ਉਹਦੇ 'ਚ ਆਪਣਾ ਧਿਆਨ ਲਾਏਗਾ, ਨਾਮ ਜਪੇਗਾ। ਅਤੇ ਕਹਿੰਦੇ ਜੋਧਾ ਪੀਵੇ ਜੁੱਧ ਚੜ੍ਹੇ, ਬਾਬੇ ਬਚਿੱਤਰ ਸਿੰਘ ਵਰਗਾ ਜੋਧਾ ਪੀਵੇ ਜੁੱਧ ਚੜ੍ਹੇ, ਹਾਥੀ ਕੇ ਦਾਤ ਉਖਾੜਨ ਕੋ, ਉਹਦਾ ਹਾਥੀ ਦੰਦ ਪੁੱਟ ਸੁੱਟੇਗਾ। ਪਰ ਜੇ ਮੂਰਖ ਨੂੰ ਦਿਓਗੇ ਤਾਂ ਮੂਰਖਾਂ ਨੇ ਤਾਂ ਉਹੀ ਕੰਮ ਕਰਨਾ ਨਾ। ਇਸ ਕਰਕੇ ਇੱਥੇ ਲਿਖਿਆ ਵੀ ਜਿਹੜੇ ਉਹ ਸੂਰਮੇ ਸੀਗੇ ਉਹਨਾਂ ਨੂੰ ਭੰਗੀ ਕਹਿੰਦੇ ਸੀ, ਪਰ ਇਹ ਨਹੀਂ ਵੀ ਉਹ ਭੰਗ ਪੀ ਕੇ ਸੁੱਤੇ ਰਹਿੰਦੇ ਸੀ। ਉਹ ਦੇਖ ਛੱਕ ਕੇ ਥੋੜ੍ਹੀ ਜਿਹੀ ਪੰਜ ਪੱਤਿਆਂ ਵਾਲੀ ਸਵਾਈ ਦੀ ਆਪਣੀ ਸੁਰਤੀ ਬਿਰਤੀ ਬਾਣੀ 'ਚ ਜੰਗ 'ਚ ਰੱਖਦੇ ਸੀ।